ਉਹ ਬੰਗਾਲੀ ਰਸਗੁੱਲੇ ਹੋ ਗਿਆ ਤਿਆਰ ਉਹਨੂੰ ਪੁੱਛਣਾ ਸੀ ਗਦਾਮ 'ਚ ਫੋਨ ਕਰਕੇ ਚਲੋ ਅੱਲਾ ਕੰਮ ਕਿਵੇਂ ਬਹੁਤ ਅੱਛਾ ਕਿਆ ਬਾਤ ਸਲਾਮ ਅਲੈਕੁਮ ਜੀ ਭਾਈ ਜੀ ਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਤੁਸੀਂ ਸੁਪਰਵਾਈਜ਼ਰ ਹੋ ਇੱਥੇ ਹਾਂਜੀ ਸਾਰਾ ਆਪਣਾ ਕੰਮ ਮਾਮਲਾ ਹਾਂਜੀ ਸਾਰਾ ਆਪਣਾ ਹੀ ਹੈ ਜੀ ਅੱਛਾ ਅੱਛਾ ਇਹ ਦੋਸਤ ਨੇ ਆਪਣੇ ਕਜ਼ਨ ਨੇ ਤੇ ਆਏ ਨੇ ਪਿੰਡੋਂ ਤੇ ਇਹ ਤੁਹਾਡੇ ਕੋਲ ਲਾਉਣੇ ਨੇ ਮੁਲਾਜ਼ਮਤ ਇੱਥੇ ਇਹ ਪਿੰਡੋਂ ਆਇਆ ਬੰਗਲਾ ਗੁਗੇਰਾ ਇਹ ਉੱਥੇ ਦਾ ਕਿੱਥੇ ਦਾ ਬੰਗਲੇ ਗੁਗੇਰੇ ਦਾ ਏਡਾ ਔਖਾ ਨਾਂ ਕਰ ਲਈ ਲੈਣੇ ਸਿੱਧਾ ਬੰਗਲਾਦੇਸ਼ ਦੇ ਕਹਿ ਦਿਆ ਕਰ ਨਹੀਂ ਨਹੀਂ ਬੰਗਲਾਦੇਸ਼ ਕਹਿ ਰਿਹਾ ਤੈਨੂੰ ਕੀ ਕਹੀ ਠੀਕ ਹੈ ਇਹਨੂੰ ਰੱਖ ਲੈਂਦੇ ਭਾਜੀ ਹੈ ਰੱਖ ਲੈਂਦੇ ਕੰਮ ਤੇ ਆ ਬਸ ਇਹਨੂੰ ਰੱਖ ਲਓ ਜ਼ਰਾ ਸ਼ਫਕਤ ਕਰੋ ਅਤੇ ਬਿਲਕੁਲ ਪਿਆਰ ਮੁਹੱਬਤ ਨਾਲ ਜ਼ਰਾ ਬੰਦਾ ਜ਼ਰਾ ਅਤੇ ਇਹਨੂੰ ਸੌਣਾ ਇੱਥੇ ਹੀ ਪਿਆ ਕਰਨਾ ਮਹੀਨੇ ਬਾਅਦ ਜਾਇਆ ਕਰੇਗਾ ਨਹੀਂ ਇਹਨੂੰ ਭਾਵੇਂ 6 ਸਾਲ ਬਾਅਦ ਭੇਜੋ ਤੁਸੀਂ ਇਹਦਾ ਕੋਈ ਮਸਲਾ ਨਹੀਂ ਕੋਈ ਮਸਲਾ ਨਹੀਂ ਮੇਰਾ ਮੈਂ ਰਹਿਣਾ ਇੱਥੇ ਇਹ ਰਹਿਣਾ ਹੀ ਇੱਥੇ ਇਹ ਜਦੋਂ ਕੱਢਣਾ ਨਾ ਤੁਸੀਂ ਕੱਢਣਾ ਤੁਸੀਂ ਕੱਢਣਾ ਜੀ ਇਹਨੇ ਆਪ ਨਹੀਂ ਜਾਣਾ ਹਾਂ ਪਹਿਲੇ ਵੀ ਜਿਹੜੀ ਦੁਕਾਨ ਤੇ ਲੱਗਾਇਆ ਸੀ ਨਾ ਜੀ ਉੱਥੋਂ 9 ਸਾਲ ਬਾਅਦ ਘਰ ਗਿਆ ਸੀਗਾ ਉਹ ਵੀ ਉਹਨਾਂ ਨੇ ਕੱਢਿਆ ਆਪ ਨਹੀਂ ਗਿਆ ਹਾਂਜੀ 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 9 ਸਾਲ ਮਾਸ਼ਾਅੱਲਾ ਟਿਕ ਕੇ ਜੁੜ ਕੇ ਲਾਏ 9 ਸਾਲਾਂ 'ਚ ਇੱਕ ਵਾਰੀ ਵੀ ਨਹੀਂ ਨਾ ਘਰ ਗਿਆ ਨਹੀਂ ਜੀ ਗਿਆ ਹੀ ਨਹੀਂ ਉਹਨਾਂ ਨੇ ਕੱਢਿਆ ਅੱਛਾ ਕੰਮ ਕੁੰਮ ਜਾਣਦਾ ਸਾਰਾ ਕੰਮ ਇਹ ਬੜੇ ਜਾਣਦਾ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਆ ਕਿ ਤੁਹਾਡਾ ਜਿਹੜਾ ਕੰਮ ਆ ਨਾ ਮਾਮਲਾ ਇਹ ਆ ਕਿ ਜਿਹੜੀਆਂ ਪਲੇਟਾਂ ਇਹਨਾਂ ਦੀ ਸਮੋਸਿਆਂ ਦੀਆਂ ਹਾਂਜੀ ਹਾਂਜੀ ਉਹ ਇਹ ਧੋਣਗੇ ਨਹੀਂ ਧੋਣੀਆਂ ਕਿਉਂ ਉਹ ਮੈਂ ਖਾ ਕੇ ਨਿਬੇੜ ਦੇਣੀਆਂ ਸਾਫ ਕਰ ਦੇਣੀਆਂ ਮਤਲਬ ਕਿ ਉਹਦਾ ਮਤਲਬ ਇਹ ਆ ਗੱਲ ਕਰਨ ਦਾ ਕਿ ਤੁਹਾਡਾ ਗਾਹਕ ਆਇਆ ਉਹਨੇ ਕਿਹਾ ਜੀ 2 ਕੀਮੇ ਵਾਲੇ ਸਮੋਸੇ ਦੇ ਦਿਓ ਚਟਣੀਆਂ ਪਾ ਕੇ ਮਿੱਠੀ ਚਟਣੀ ਪਾ ਕੇ ਚਨੇ ਪਾ ਕੇ ਸਲਾਦ ਪਾ ਕੇ ਉਹਨੇ ਵਿੱਚੋਂ 1.5 ਖਾ ਲਿਆ ਅੱਧਾ ਬਚ ਗਿਆ ਉਹ ਤੁਸੀਂ ਧੋਣੀ ਨਹੀਂ ਪਲੇਟ ਨਹੀਂ ਨਹੀਂ ਧੋਣ ਮੈਂ ਦੇਣੀ ਨਹੀਂ ਹਾਂ ਭਲਾ ਕੀ ਕਰਨਾ ਉਹਦਾ ਮੈਂ ਉਹਨੂੰ ਨਿਬੇੜ ਦੇਣਾ ਉਂਗਲੀਆਂ ਨਾ ਚਟਣੀ ਹਾਂਜੀ ਠੀਕ ਹੈ ਨਾ ਜੀ ਇਹ ਵੀ ਤੁਹਾਡਾ ਇਹ ਆ ਕਿ ਜਿਹੜੇ ਡਿਸ਼ ਵਾਸ਼ਰ ਹੁੰਦੇ ਨਾ ਜੀ ਹਾਂਜੀ ਉਹਨੂੰ ਫਾਰਕ ਸਾਰੇ ਫਾਰਕ ਕਰ ਦੇਣ ਸਾਰੇ ਸਾਰੇ ਅੱਛਾ ਹਾਂ ਆਪ ਹੀ ਸਾਰੇ ਕੰਮ ਸਾਰੇ ਓਕੇ ਹਾਂ ਤੁਹਾਡੇ ਦੁਕਾਨ ਖੁੱਲਣ ਤੋਂ ਪਹਿਲੇ ਸਾਰੀ ਸਫਾਈ ਰੋਡ ਤੱਕ ਜੀ ਕਿਹਨੇ ਕਰਨੀ ਮੈਂ ਹਾਂਜੀ ਜਿਹੜਾ ਰਾਤ ਦਾ ਸਮਾਨ ਇੱਥੇ ਸ਼ੋਕੇਸ਼ਾਂ ਹੀ ਲੱਗਿਆ ਹੋਣਾ ਵਾ ਹਾਂਜੀ ਉਹ ਵੀ ਮੈਂ ਸਾਫ ਕਰ ਦਿਆ ਕਰਨਾ ਜੀ ਖਾ ਪੀ ਲਿਆ ਕਰਾਂਗੇ ਨਾ ਉਹ ਸਮਾਨ ਫਰੈਸ਼ ਲੱਗੇਗਾ ਹਾਂ ਤੇ ਇਹ ਜਿਹੜੀਆਂ ਹਰਕਤਾਂ ਕਰੇਗਾ ਕਿ ਅੱਧਾ ਕਿਸੇ ਦਾ ਸਮੋਸਾ ਬੱਚਿਆ ਖਾ ਗਿਆ ਕੋਈ ਸ਼ੈ ਖਾ ਗਿਆ ਉਹ ਖਾ ਗਿਆ ਖਾ ਗਿਆ ਇਹਦੇ ਵਿੱਚ ਸਾਡੀ ਰੈਪੂਟੇਸ਼ਨ ਖਰਾਬ ਹੋਏਗੀ ਨਹੀਂ ਨਹੀਂ ਜਿੱਲੇ ਗਾਹਕ ਖਾ ਕੇ ਜੋ ਚਲਾ ਗਿਆ ਪਲੇਟ ਅੰਦਰ ਚਲੀ ਗਈ ਤੇ ਇਹ ਤਾਂ ਗਾਹਕ ਨੂੰ ਤਾਂ ਨਹੀਂ ਨਾ ਪਤਾ ਪਲੇਟ ਅੰਦਰ ਕਿੱਧਰ ਗਈ ਕਿੱਧਰ ਗਈ ਸਾਲਿਆ ਤੂੰ ਸਾਦਾ ਨਹੀਂ ਮਾਨ ਉਤੋਂ ਮੂੰਹ ਕਿੱਡਾ ਡੰਡੇ ਛੱਡਤਾ 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 ਹਾਂ ਠੀਕ ਮਾਇਆ ਉਹ ਬੁਲਾ ਕੇ ਨਾ ਗਨ ਮੈਨੂੰ ਤੇਰੇ ਉਹ ਛੰਡਾਉਣੀਆਂ ਨੇ ਨਾ ਜਿਹੜਾ ਹਿਸਾਬ ਕੋਈ ਨਹੀਂ ਹੈਗਾ ਖਾਣ ਪੀਣ ਦੇ ਮਾਮਲੇ ਤੋਂ ਹੀ ਲੜਾਈ ਹੋਈ ਮਿਠਾਈ ਦਾ ਬਹੁਤ ਸ਼ੌਕੀਨ ਹੈ ਨਾ ਕਿੰਨੀ ਮਿਠਾਈ ਖਾਣਾ ਰੋਜ਼ 2.5-3 ਕਿਲੋ ਆ ਬਸ ਇੰਨੀ ਫਿਰ ਥੋੜੀ ਜੀ ਜੇ ਤੁਸੀਂ ਪਿਆਰ ਮੁਹੱਬਤਨਾ ਦੇ ਦਿਓਗੇ ਤਾਂ ਠੀਕ ਹੈ ਨਹੀਂ ਤਾਂ ਚੋਰੀ ਤਾਂ ਤੂੰ ਕਰ ਹੀ ਲੈਣੀ ਉਹ ਤੇ ਬਿਹਤਰ ਇੰਜ ਗਈ ਉਹ ਗਈ ਸਾਰੀ ਉਹ ਯਾਰ ਤੁਸੀਂ ਸ਼ੁਗਲ ਕਰਨ ਡਾ ਅੱਲਾ ਦੇ ਬੰਦੇ ਆ ਇਹ ਕਿੱਥੇ ਕੰਮ ਕਰਦਾ ਰਿਹਾ ਮੈਨੂੰ ਤੇ ਵੈਸੇ ਹੀ ਇਹਦਾ ਜ਼ਿਹਨੀ ਤਵਾਜ਼ਨ ਖਰਾਬ ਲੱਗਦਾ ਨਹੀਂ ਨਹੀਂ ਉਹ ਤਾਂ ਬੜਾ ਸਮਝਦਾਰ ਆਦਮੀ ਹੈ ਕਿੰਨੀਆਂ ਪੜਿਆ ਮੈਂ 12 ਹਾਂਜੀ ਹਾਂਜੀ ਕਿਹੜੀਆਂ ਪੜਿਆ 12 ਛੱਡਤਾ 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 ਕਮਰਾ ਤੁਸੀਂ ਦੇ ਦੇਣਾ ਇੱਥੇ ਰਹਿਣ ਨੂੰ ਤੇਰੇ ਕੋਲ 2 ਬੱਕਰੀਆਂ ਵੀ ਨੇ ਨਹੀਂ ਨਹੀਂ
ਇੱਕ ਬੱਕਰੀ ਇੱਕ ਕੁੱਤਾ ਵਾ ਜੀ। ਉਹ ਚੁੱਪ ਕਰ ਕੁੱਤੇ, ਉਹ ਕੁੱਤਾ ਕਹਿਣ ਦੇ ਆ ਵਾ, ਕਹਿ ਲੈਣ ਦੇ, ਇਹ ਵੀ ਛੱਡ ਦਾ। ਹਾਂ ਛੱਡ ਦੇ, ਛੱਡਤਾ। ਓਏ ਬਕਵਾਸ ਆਪਣੀ ਬੰਦ ਕਰ, ਸੀਰੀਅਸ ਹੋ। ਕੀ ਚਵਲਾ ਮਾਰਨ ਡੇ ਯਾਰ ਤੁਸੀਂ? ਮਤਲਬ ਤੁਹਾਨੂੰ ਅਕਲ ਮੌਤ ਹੀ ਕੋਈ ਨਹੀਂ ਹੈ? ਉਹ ਅਸੀਂ ਇਹਨੂੰ ਨਹੀਂ ਰੱਖਣਾ, ਤੂੰ ਤੋਂ ਕਹਿਣ ਡੇ ਇਹਦੇ ਨਾਲ ਦੋ ਬੱਕਰੀਆਂ। ਨਹੀਂ ਨਹੀਂ, ਬੱਕਰੀਆਂ ਨਹੀਂ, ਇੱਕ ਬੱਕਰੀ ਹੈ ਤੇ ਇੱਕ ਕੁੱਤਾ ਹੈ। ਹਾਂਜੀ ਹਾਂਜੀ, ਇੱਕ ਬੱਕਰੀ ਤੇ ਇੱਕ। ਹਾਂ ਹਾਂ ਹਾਂ, ਤੇ ਡਿਊਟੀ ਤੇ ਵੀ ਉਹ ਜਿਹੜਾ ਕੁੱਤਾ ਤੇ ਬੱਕਰੀ ਨਾਲ ਹੀ ਹੋਇਆ ਕਰਦੇ? ਨਾਲ ਜੀ, ਮੇਰੇ ਕਮਰੇ ਦੇ ਵਿੱਚ। ਨਹੀਂ ਨਹੀਂ, ਇੱਥੇ ਦੁਕਾਨ ਤੇ। ਆ ਦੁਕਾਨ ਬੱਕਰੀ ਮੇਰੇ ਨਾਲ ਨਾਲ ਰਵੇਗੀ ਨਾ। ਮੇਰੀ ਇੱਕ ਗੱਲ ਸੁਣ, ਤੂੰ ਸਿਆਣਾ ਬਿਆਣਾ ਬੰਦਾ। ਅੱਛਾ, ਪਤਾ ਕੀ ਗੱਲ ਆ? ਇਹ ਮੈਨੂੰ ਦੱਸ ਕਿ ਬੱਕਰੀ ਕੁੱਤਾ ਕਿੰਨੇ ਰੱਖਣਾ ਯਾਰ ਨਾਲ? ਮੈਂ ਉਹ ਜਿਹੜੇ ਮੁੰਡੇ ਅੱਗੇ 26 ਮੁੰਡੇ ਉੱਥੇ ਸੌਂਦੇ ਨੇ, ਹੈ ਬੱਕਰੀ ਨੇ ਤਾਂ ਮੱਤ ਮਾਰ ਦੇਣੀ, ਮੇਂਗਣਾ ਕਰ ਕਰ, ਪਿਸ਼ਾਬ ਕਰ ਕਰਕੇ, ਹੈ ਤੇ ਕੁੱਤਾ ਦਿਲ ਕਰੇ ਕਿਸੇ ਸੁੱਤੇ ਪਏ ਬੰਦੇ ਦੀ ਲੱਤ ਪਾੜ ਦੇਵੇ, ਉਹਦਾ ਕੌਣ ਜ਼ਿੰਮੇਦਾਰ? ਓਏ ਉਹ ਕਿਹੜਾ ਬਹੁਤੀਆਂ ਮੇਂਗਣਾ ਕਰਦੀ, 25 ਜਾਂ 26 ਇੰਨੀਆਂ ਕਿ ਮੇਂਗਣਾ ਝੂੰਗੇ ਚ ਕਰਦੀ। ਆਪਾਂ ਦੋ ਦਰਜਨ ਤੂੰ ਅੰਦਰੋਂ ਹੋ ਕੇ ਆਇਆ ਕਿ ਤੈਨੂੰ ਪਤਾ ਕਿ ਇੰਨੀਆਂ ਕਿ ਮੇਂਗਣਾ ਕਰਦੀ ਹੈ? ਨਹੀਂ, ਆਪਣੀ ਮਸ਼ੀਨ ਦਾ ਪਤਾ ਹੁੰਦਾ ਨਾ ਬੰਦੇ, ਪਤਾ ਹੁੰਦਾ ਨਾ ਕਿੰਨੀਆਂ ਕਰਦੀ। ਬੰਦਾ ਅੱਛਾ ਹੈ ਜੀ। ਓ ਯਾਰ, ਕਾਹਦਾ ਅੱਛਾ ਬੰਦਾ, ਤੂੰ ਹੀ ਤਾਂ ਦਿਮਾਗ ਖਾਣ ਡਿਆ ਹੈ। ਮੈਂ ਕਿਹਾ ਸ਼ਕੀਲ ਭਾਈ, ਕੋਈ ਇਹਨਾਂ ਦਾ ਛੋਟਾ ਭਾਈ ਹੈ? ਉਹ ਛੋਟਾ ਭਾਈ। ਅੱਛਾ 10 ਮਿੰਟ ਠਹਿਰ ਕੇ ਕਰਿਓ, ਮੈਂ ਕਰਦਾ ਬਾਅਦ ਚ। ਹਾਂ ਕੀ ਰੋਲ ਆ? ਮਿਲੋ ਜੀ, ਆ ਭਾਈ ਹੁਣੀ ਆ, ਬੰਦਾ ਰਖਾਉਣ ਆਏ। ਵਾਲਕੁਮ ਸਲਾਮ। ਇਹਨਾਂ ਨੂੰ ਮਿਲੋ ਜੀ। ਜੱਪੋ ਉਹ ਠੀਕ ਹੈ? ਓਕੇ, ਇਹ ਮੇਰਾ ਦੋਸਤ ਹੈ ਜੀ। ਅੱਛਾ ਜੀ। ਤੇ ਪਿੰਡੋਂ ਆਇਆ, ਬਚਪਨ ਚ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ। ਲਗੋਟੀਏ ਯਾਰ ਸੱਜਣ ਹੈਗੇ ਜੀ ਅਸੀਂ, ਤੇ ਕੰਮ ਇਹਨੂੰ ਚਾਹੀਦਾ ਸੀਗਾ। ਲਗੋਟੀਏ ਯਾਰ, ਲਗੋਟਾ ਉੱਤੇ ਲੈ ਕੇ ਫਿਰਨ ਡਿਆ। ਉਹ ਯਾਰ ਭਾਈ, ਗੱਲ ਤਾਂ ਕਰ ਲੈਂਦੇ ਯਾਰ, ਤੂੰ ਤਾਂ ਹੁਣ ਗੱਲ ਪਿਆ, ਮੈਂ ਮੰਨ ਲਿਆ ਤੂੰ ਸੁਪਰਵਾਈਜ਼ਰ ਆ। ਅੱਛਾ, ਇੱਕ ਮਿੰਟ ਖਲੋ ਜਾ, ਮੈਂ ਸੁਣਦਾ ਪਿਆ ਗੱਲ। ਖਾ ਲਿਆ ਭਾਜੀ ਉਹ ਤੋਂ? ਖਲੋ ਜਾ। ਤੇ ਲੜਕਾ ਹੈ, ਸਾਰੀ ਜ਼ਿੰਦਗੀ ਹੋਟਲਾਂ ਦੇ ਚ ਹੀ ਕੰਮ ਕੀਤਾ ਇਹਨੇ। ਹਾਂਜੀ ਹਾਂਜੀ। ਅੱਛਾ ਜੀ। ਹਾਂਜੀ, ਤੇ ਇਹ ਹੈ ਕਿ ਇਹਨੂੰ ਜੋਬ ਚਾਹੀਦੀ ਸੀ, ਉੱਥੇ 70,000 ਤੇ ਜੋਬ ਛੱਡੀ ਇਹਨੇ ਜਿੱਥੇ ਕਿਤੇ ਪਹਿਲੇ, ਤੇ ਇਸ ਭਾਈ ਨਾਲ 1,00,000 ਰੁਪਇਆ ਮੁੱਕ ਗਿਆ ਸਾਡਾ। ਹਾਂਜੀ ਹਾਂਜੀ, ਬਾਕੀ ਛੱਡਤਾ। ਕਾਹਦਾ 1,00,000 ਮੁੱਕ ਗਿਆ? ਵੇਟਰ ਲਵਾਉਣਾ ਵਾ ਜੀ, ਤੇ ਕਹਿੰਦੇ ਪਹਿਲੇ 70 ਲੈਂਦਾ ਸੀਗਾ, ਤੇ ਇੱਥੇ ਕਿੰਨੇ ਲਾਏਗਾ? ਪਾਗਲ ਕਹਿੰਦਾ ਮੈਂ 1,00,000 ਲਾਂਗਾ, ਤੇ ਉਹ ਭਾਈ ਪੱਕਾ ਹੋ ਗਿਆ ਕਿ 1,00,000 ਰੁਪਇਆ ਤੁਹਾਡਾ ਪਕਾ ਲੈਣਾ। ਇਹ ਮੁੱਕ ਗਈ ਹੈ ਗੱਲ? ਮੁੱਕ ਗਈ ਹੈ। ਤੇ ਤੁਸੀਂ ਸਿਰਫ ਦੱਸੋ ਕਿ ਮੁੰਡੇ ਨੇ ਹੁਣ ਕਰਨਾ ਬੰਨਾ ਕਿ ਨਾਸ਼ਤੇ ਦਾ ਵੀ ਇਹਨੇ ਇੱਥੇ ਨਾਸ਼ਤਾ ਕਰਿਆ ਕਰਨਾ, 12-14 ਨਾਨ ਖਾਂਦਾ ਬਸ। ਹਾਂ, 4-5 ਪਿਆਲੇ ਪਾਵੇ ਇਹਦੇ, ਤੇ ਅੱਗੇ 4 ਪੇਟਾਂ ਮੈਂ ਚਨੇ ਦੀਆਂ ਕਹੀ, ਉਹ ਤੁਸੀਂ ਫਿਰ 2 ਕਰ ਲਓ ਨਾਲ। 2 ਕਰ ਲਓ ਇਹਨੂੰ ਕੰਮ ਤੇ ਲਵਾਓ। ਹਾਂਜੀ, ਮੈਂ ਭਾਣ ਇਹਨੂੰ ਕੰਮ ਤੇ ਨਾ ਲਵਾਓ ਤੁਸੀਂ। ਹਾਂਜੀ, ਇਹਨੂੰ ਕਿਤੋਂ ਨਾ ਕੰਮ ਲਵਾਓ। ਮਤਲਬ ਉਹ ਕਿਸੇ ਨੂੰ ਕਹੋ ਵੀ ਇਹਨੂੰ ਕੋਈ ਕੰਮ ਲਾਵੇ, ਇਹਨੂੰ ਜਾਂਦੇ ਜਾਂਦੇ ਕਿਤੇ ਜੇ ਗੱਡੀ ਮਾਰ ਜਾਵੇ। ਮਤਲਬ ਇਹਦਾ ਸਾਈਜ਼ ਦੇਖੋ ਕੀ ਆ, ਉੱਤੋਂ ਤੁਸੀਂ ਹਰਕਤਾਂ ਕੀ ਦੱਸਣ ਆਏ ਵੀ ਨਾਸ਼ਤਾ ਇੰਨਾ ਨਾਲੇ ਆ ਮੁੰਡੇ ਸਾਡੇ ਕੋਲ ਲੱਗੇ ਆ, 2-2 ਸਾਲ ਤੋਂ ਕੰਮ ਕਰਨ ਦੇ ਆ, ਕਿਹਦੇ ਮੁੰਡਾ ਹੀ ਆ ਭਾਣ, ਰੇੜੂ ਆ ਉਹ, ਬੇਪੂਫ ਲੱਗੇ ਜਿਹੜੇ ਤੁਹਾਡੇ ਕੋਲ, ਜਿਹੜੇ ਤੁਸੀਂ ਹੁਣ ਸ਼ੁਰੂ ਹੋਣਾ ਨਾ ਕੰਮ। ਹਾਂਜੀ, ਕਿਸੇ ਵੀ ਕਸਟਮਰ ਨੇ ਕੋਈ ਚੀਜ਼ ਛੱਡਣੀ ਹੈ ਨਾ, ਉਹ ਸਮਝ ਲਓ ਧੋਣੀ ਨਹੀਂ ਪੈਣੀ, ਉਹ ਖਾ ਜਾਣੀ। ਹਾਂ, ਪੂਰਾ ਹੋ ਜਾ, ਮੂੰਹ ਮਾਤ ਨਹੀਂ ਪਾਉਂਦਾ ਕਹਿੰਦਾ, ਮੂੰਹ ਪੂਰਾ ਹੋ ਜਾ ਥੋੜਾ ਜਿਹਾ, ਕੋਈ ਨਹੀਂ ਕਹਿ ਹੁੰਦਾ। ਨਹੀਂ ਨਹੀਂ, ਛੱਡਤਾ ਜੀ। ਸਾਡੇ ਕੋਲ ਸਾਰੇ ਇਨਸਾਨ ਕੰਮ ਕਰਦੇ, ਜਾਨਵਰਾਂ ਦਾ ਕੋਈ ਕੰਮ ਨਹੀਂ। ਆ ਜਿਹੜੀਆਂ ਹਰਕਤਾਂ ਤੁਸੀਂ ਦੱਸਣ ਲਏ ਆ ਬਈ ਦੀਆਂ, ਆ ਹੈ ਕੀ ਵੇਖਦਾ ਕਿੱਦਾਂ ਤੂੰ? ਏਦਾਂ ਹੀ ਵੇਖਣ ਡਿਆ ਉਦੋਂ ਦਾ। ਆ ਬੋਲੀ ਆ ਸਾਰੇ 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 ਹੀ ਸਾਰੇ ਹੀ ਫੇਸ ਆਏ। ਹਾਂਜੀ ਹਾਂਜੀ, ਇੱਥੋਂ ਲੱਗ ਕੇ ਤੱਕ ਬੋਲੀ ਹੈ ਜੀ। ਤੁਹਾਨੂੰ ਹੋਰ ਕੋਲ ਥੋੜੇ ਜਿਹਾ ਹੋਰ, ਤੁਹਾਨੂੰ ਹਜ਼ਾ ਆਉਣੀ ਚਾਹੀਦੀ ਆ। ਤੁਸੀਂ ਇੰਨਾ ਮੂੰਹ ਉਹਦਾ, ਇਹਦਾ ਕਿਤੇ ਟਾਂਕੇ ਲਵਾਓ ਮੂੰਹ ਨੂੰ, ਇੰਨਾ ਇੱਥੇ ਤੱਕ ਪੱਟ ਆਇਆ ਦਾ। ਹਜੇ ਮੈਂ ਤੁਹਾਡਾ ਹਜ਼ਾ ਕੀਤਾ, ਹਜੇ ਹੋਰ ਖੋਲਣਾ ਸੀ। ਤੂੰ ਮੈਨੂੰ ਮੂੰਹ 'ਚ ਬਣਾ ਪਾ ਲਈ, ਮੈਨੂੰ ਇਹ ਤੋਂ ਡਰ ਲੱਗਣ ਦਿਆ। ਪੂਰਾ ਸਮੋਸਾ ਇੱਕੋ ਵਾਰੀ ਖਾਂਦਾ ਇੰਜ ਕਰਕੇ, ਯਕੀਨ ਕਰੋ ਨਾ ਰਹਿਤਾ ਵੀ। ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ, ਇਹ ਖੱਚਾਂ ਵਾਲੀ ਗੱਲ ਆ। ਉਹ ਕਹਿੰਦਾ ਖੱਚਾਂ ਵਾਲੀ ਗੱਲ, ਤੇ ਕਹਿਣ ਦੇ ਤੈਨੂੰ ਕੀ? ਛੱਡਦੀ ਜੀ। ਓਏ, ਮੈਂ ਤੇਰੇ ਇਧਰੋਂ ਛੱਡਣਾ ਇੰਜ ਦਾ ਹੋਰਾ ਚਵਲੇ ਜਾਂਦੀ ਏ। ਓਏ PIA ਦੇ ਬੱਚੇ, ਮਤਲਬ ਕੀ ਇਸ ਗੱਲ ਦਾ? ਜਹਾਜ਼ ਦਾ ਬੱਚਾ ਲੱਗਣ ਦੇ ਆ ਮੈਨੂੰ ਯਾਰ, ਤੂੰ ਕਰੋ ਕੱਲੋਂ ਹੱਥ ਮਾਰੋ, 1,00,000 ਰੁਪਇਆ ਤਨਖਾਹ ਕਾਹਦੀ ਦੇਣੀ ਅਸੀਂ? ਨਹੀਂ, ਤੁਸੀਂ ਕਿਸੇ ਬਲਡੋਜ਼ਰ ਦਾ ਬੱਚਾ ਕਹੋ, ਕਾਲੇ ਇੰਜਣ ਦਾ ਬੱਚਾ ਕਹੋ, ਇਹ ਜਹਾਜ਼ ਦਾ ਬੱਚਾ ਕੀ ਹੋਇਆ? ਇਹ ਕੀ ਗੱਲ? ਉੱਥੋਂ ਕਹਿਣ ਡਿਆ ਜੀ ਮੈਨੂੰ ਰੱਖ ਲਓ, ਤੇ ਮੈਂ ਨਾਲ ਇੱਕ ਬੱਕਰੀ ਤੇ ਇੱਕ ਕੁੱਤਾ ਵੀ ਰੱਖਣਾ। ਹਾਂਜੀ ਹਾਂਜੀ, ਸਮਝਦਾਰ। ਅੱਛਾ ਭੈਣ, ਇਹ ਹੈ ਕਿ ਬੱਕਰੀ ਦੁੱਧ ਦਿੰਦੀ ਹੈ, ਕਿ ਤੁਹਾਨੂੰ ਇਹ ਹੈ ਕਿ ਸਵੇਰ ਸ਼ਾਮ ਬੱਕਰੀ ਦਾ ਦੁੱਧ ਪਿਆਏਗਾ ਸਭ ਨੂੰ? ਇੱਕ ਕੱਪ ਸਾਰਾ ਨਹੀਂ ਸਰ, ਇੱਕ ਕੱਪ। ਤੁਹਾਨੂੰ ਲੱਗ ਰਿਹਾ ਕਿਸੇ ਨੂੰ ਕਮਜ਼ੋਰੀ ਹੋਈ ਆ ਸਾਡੇ ਪੂਰੇ ਇੱਥੇ ਕਿਤੇ ਦੁਕਾਨ ਦੇ ਵਿੱਚ? ਕਿਸੇ ਹੋ ਜਾਣੀ ਨਾ ਜਦੋਂ ਮੈਂ ਆਉਣਾ ਭਾਜੀ। ਅੱਛਾ, ਮੈਨੂੰ ਹੁਣ ਸਮਝ ਆਈ ਇਹਦਾ ਥਲੜਾ ਬੁੱਲ ਕਿਉਂ ਵੱਧਦਾ। ਕਿਉਂ? ਇਹ ਥੱਲੇ ਬਹਿ ਕੇ ਬੱਕਰੀ ਚੁੰਗਦਾ, ਚਵਲ ਜਿਹੀ ਨਾ ਹੋਵੇ ਤਾਂ। ਅਸੀਂ 17,000 ਰੁਪਇਆ 18,000 ਰੁਪਇਆ ਤਨਖਾਹ ਦੇ ਮੁੰਡਾ ਰੱਖਦੇ ਹਾਂ ਰੋਜ਼ ਦੇ, 17-18 ਦਾ ਰੋਜ਼ ਤੇਰਾ ਮੂੰਹ ਆਇਆ ਰੋਜ਼ ਤੇ ਕੰਮ ਕਰਨ ਵਾਲਾ, 17,000 ਤੇ ਉਹ ਇਹਦੇ ਕੋਲ ਮਠਿਆਈ ਲੈਣੀ ਕਿੰਨੇ ਆ? ਉਹਦਾ ਮੂੰਹ ਤਾਂ ਵੇਖੋ, ਖੱਚਰ ਦੀ ਭੈਣ ਲੱਗਣ ਦਈ ਮੈਨੂੰ। ਖੱਚਰ ਦੀ ਭੈਣ ਕਹਿਣਗੀ ਜਾਂਦਾ ਵਾ, ਕਿਹੜੀ ਗੱਲ ਆ ਕਹਿਤਾ ਤੇ ਕਈ ਆ ਛੱਡਦਾ ਸੀ ਤੇ ਕੀ ਛੱਡਦਾ ਤੂੰ ਮੈਨੂੰ? ਕੀ ਛੱਡਿਆ ਤੂੰ ਮੈਨੂੰ? ਕੀ ਛੱਡਦਾ?
ਆ ਕੀ ਗੱਲ ਕਰਦਾ ਛੱਡਤਾ ਪਤਾ ਨਹੀਂ ਉਦੋਂ ਦਾ ਇਹੀ ਕਹੀ ਜਾਂਦਾ ਜਿਹੜੀ ਗੱਲ ਹੁੰਦੀ ਆ ਬਾਅਦ ਚੋਂ ਕਹਿੰਦਾ ਮੱਛੇ ਨੂੰ ਛੱਡਦਾ ਮਾਰ ਕੇ ਦਬਕਾ ਮਾਰਨ ਡਿਆ ਖੈਰ ਆ ਮਾਲਾ ਕਾ ਤੇਰਾ ਭਾਈ ਹਾਂ ਨਹੀਂ ਮਾਰੋ ਮਾਰੋ ਦਬਕੇ ਛੱਡਦੇ ਸੀ ਓਏ ਹਬਸ਼ੀਆਂ ਦੀ ਜੇਲ੍ਹ ਵਰਗਾ ਮੂੰਹ ਲੈ ਕੇ ਇੱਥੇ ਤੂੰ ਆ ਗਿਆ ਇੱਥੇ ਸਾਡੇ ਗਾਹਕ ਆ ਅਸੀਂ ਨਫੀਸ ਜਿਹਾ ਕੰਮ ਕਰਨੇ ਆ ਤੈਨੂੰ ਇੱਥੇ ਕਿੱਥੇ ਮੈਂ ਟੰਗ ਲਵਾਂ ਖੋਟਾ ਨਮਾ ਇਨਸਾਨ ਹੁਣ ਸਾਰਾ ਇਹ ਦੇਖ ਲਾ ਕਿੱਥੇ ਸਾਰਾ ਮਾਮਲਾ ਹੋਟਲ ਪੂਰਾ ਇੱਧਰ ਕਿੱਦਾਂ ਲਈ ਜਾਂਦੇ ਨੇ ਉਹ ਇੱਧਰ ਕਿੱਦਾਂ ਲਈ ਜਾਂਦੇ ਭਾਈ ਜਾਣਾ ਸਾਡਾ ਖਾਣ ਪੀਣ ਆ ਉੱਤੇ ਸਾਡਾ ਉੱਤੇ ਕੁਛ ਨਹੀਂ ਹੁੰਦਾ ਕਿਨੂੰ ਮੈਨੂੰ ਤੁਸੀਂ ਫੇਰੋ ਜਿੱਥੇ ਮੈਨੂੰ ਜੋ ਮਰਜ਼ੀ ਖਵਾਓ ਮੈਂ ਅੱਲਾ ਦੀ ਰਹਿਮਤ ਨਾਲ ਖਾਵਾਂਗਾ ਤੁਹਾਨੂੰ ਟੈਨਸ਼ਨ ਨਹੀਂ ਹੋਣ ਦਵਾਂਗਾ ਕਿਸੇ ਕਸਟਮਰ ਦਾ ਇੱਧਰ ਚੱਲ ਇੱਧਰ ਚੱਲ ਇੱਧਰ ਓਏ ਓ ਇੱਧਰ ਹੋ ਜਾ ਯਾਰ ਤੂੰ ਓ ਜਾ ਇਹਨੂੰ ਬਾਹਰ ਲੈ ਜਾ ਇਹਦਾ ਲਿਟਣ ਦਾ ਟਾਈਮ ਹੋਇਆ ਜਾ ਖਦਾ ਦਾ ਨਾ ਆਈ ਮੈਂ ਤੁਹਾਨੂੰ ਨਾ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਹੁੰਦਾ ਖਾਵਾਂਗਾ ਸਾਰਾ ਕੁਛ ਕੀ ਹੋਇਆ ਸਮੈਲ ਆ ਰਹੀ ਆ ਬੰਦ ਕਰੋ ਜ਼ਿਪ ਜ਼ਿਪ ਬੰਦ ਉਰੇ ਆ ਇਹਦੇ ਵਿੱਚ ਵੜ ਇਹਦੇ ਵਿੱਚ ਇਹਦੇ ਉਹ ਸਰਾ ਲਿਆ ਤੈਨੂੰ ਮੈਂ ਕਹਿਣ ਡਿਆ ਵੀ ਤੂੰ ਹਜ਼ਾਰ ਨੂੰ ਹੱਥ ਮਾਰ ਮੇਰੇ ਮਾਲਕ ਮੈਂ ਤਾਂ ਫਿਰ ਵੜਨਾ ਹੀ ਆ ਜੀ ਛੱਡਦਾ ਹੱਥ ਵੀ ਛੱਡਦਾ ਜੀ ਇਹਨੂੰ ਭਾਜੀ ਲੈ ਕੇ ਜਾਓ ਇੱਥੇ ਨਹੀਂ ਲਿਜਾਣਾ ਨਹੀਂ ਹੁਣ ਕਿਤੇ ਹੁਣ ਆ ਗਿਆ ਹੁਣ ਆ ਗਿਆ ਇਹ ਪਹਿਲੇ ਤੁਹਾਡੇ ਵਾਲ ਆਇਆ ਇਹਨੂੰ ਉੱਥੇ ਲੈ ਜਾਓ ਚੱਲ ਨਹੀਂ ਨਹੀਂ ਭਾਜੀ ਰਹਿਣਾ ਵਾ ਮੈਂ ਭਾਜੀ ਲੱਸੀ ਦਾ ਜੱਗ ਰਹਿਣ ਤੋਂ ਭਵੇਂ ਕੋਈ ਰੌਲਾ ਨਹੀਂ ਮੈਂ ਲੱਸੀ ਦੀ ਕੀ ਗੱਲ ਆ ਲੱਸੀ ਕਹਿੰਦਾ ਮੈਂ ਤੁਹਾਡੇ ਕੋਲੋਂ 12 14 ਨਾਨ ਖਾਵਾਂਗਾ ਹਾਂ 6 ਪਿਆਲੇ ਮੈਂ ਖਾਵਾਂਗਾ ਪਾਵਿਆਂ ਦੇ ਤੇ 2 ਲੱਸੀ ਦੇ ਜੱਗ ਨਹੀਂ ਨਹੀਂ 4 ਪਿਆਲੇ ਪਾਵਿਆਂ ਦਾ ਕਰ ਲੈ ਇਹ ਕੀ ਆ ਤੇਰਾ ਕੀ ਇਹ ਤੇ ਫਰੈਸ਼ ਮਿੰਟ ਨਾ ਸਵੇਰ ਦਾ ਨਾਸ਼ਤਾ ਯਾਰ ਇੱਕ 12 14 ਨਾਨ ਹਾਂਜੀ ਹਾਂਜੀ ਪਿਆਲੇ ਹਾਂਜੀ ਪਾਵਿਆਂ ਦੇ ਹਾਂਜੀ ਹਾਂਜੀ ਸਾਲਿਆ ਲੁੱਡੋ ਜਿੱਤੇ ਆ ਤੂੰ ਸਾਡੇ ਕੋ ਨਹੀਂ ਨਹੀਂ ਪਈ ਇੰਨਾ ਕੁਛ ਇਤਨਾ ਸ਼ਰਤ ਲਾਈ ਸੀ ਤੇਨਾਂ ਕੋਈ ਐਸੀ ਗੱਲ ਨਹੀਂ ਮੈਂ ਇੱਕ ਪਿਆਲਾ ਘਟਾ ਦਿੱਤਾ ਵਾ ਮੈਂ ਕਦੋਂ ਸਾਰੇ ਕਹਿਣ ਨੇ ਆ ਉਹ ਤੈਨੂੰ 10 ਨਾਨ ਕਰ ਲੋ 12 ਨਾ ਕਰੋ ਅਸੀਂ ਤੁਹਾਡੇ ਨਾਲ ਮੈਂ ਤੁਹਾਡਾ ਛੱਡ ਕੇ ਨਹੀਂ ਜਾਣਾ ਨੌਕਰੀ ਕਰ ਮੇਰੀ ਗੱਲ ਨੂੰ ਹੱਥ ਨਾ ਲਾਈ ਓਏ ਭਾਈ ਨੂੰ ਬਦਤਮੀਜ਼ੀ ਨਾ ਕਰੋ ਬਾਹਰ ਕੱਢ ਦੇਖੋ ਭਾਜੀ ਮੈਂ ਨੌਕਰੀ ਕਰਨੀ ਆ ਮੈਂ ਗੱਲ ਚ ਸਿਰਫ ਇਸ ਵਾਸਤੇ ਓ ਯਾਰ ਗਾਹਕ ਕੋਈ ਆ ਗਿਆ ਤੇ ਉਹ ਕੀ ਕਹਿਣਗੇ ਕਿ ਬਦਮਾਨਸ ਬੜੇ ਨੇ ਦੁਕਾਨ ਚ ਕੀ ਹੈ ਸਾਡਾ ਅੱਲਾਹੁ ਅਕਬਰ ਹਾਂਜੀ ਹਾਂਜੀ ਮੈਨੇ ਸਰ ਨੌਕਰੀ ਕਰਨੀ ਆ ਬਾਹਰ ਆ ਦੇਖੋ ਮੋਟੇ ਤੋਂ ਹੱਥ ਚੱਕ ਓਏ ਮੋਟੇ ਤੋਂ ਹੱਥ ਚੱਕ ਜ਼ਖਮ ਹੋਇਆ ਮੋਟੇ ਤੇ ਮਸਰ ਕੰਮ ਕਰਨਾ ਤੂੰ ਜੇ ਕੰਮ ਕਰਨਾ ਜੀ ਇਹਨੂੰ ਆਪਾਂ ਕੰਮ ਤੇ ਲਵਾਉਂਦੇ ਆ ਇਹ ਤੋਂ ਇਲਾਵਾ ਕਿਤੇ ਕੰਮ ਤੇ ਲਵਾ ਦਈਏ ਚੱਲੂ ਭਾਈ ਨਹੀਂ 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 ਇੱਥੇ ਇੱਥੇ ਸਾਡਾ ਹੀ ਬੇੜਾ ਕਰੇ ਕਰਨਾ ਹੈ ਨਹੀਂ ਨਹੀਂ ਬੇੜਾ ਸਾਫ ਕਰਾਂਗੇ ਤੁਹਾਡਾ ਚੱਲ ਬਾ ਨਹੀਂ ਨਹੀਂ ਮੈਂ ਨਹੀਂ ਜਾਣਾ ਆਪਣੀ ਦੁਕਾਨ ਤੇ ਓਏ ਓਏ ਆਪਣੀ ਦੁਕਾਨ ਤੇ ਨਹੀਂ ਮੈਂ ਜਾਣਾ ਭਾਈ ਕੀ ਕਰ ਲਗਾ ਵਾ ਹੈ ਕੀ ਕਰ ਲਗਾ ਆ ਮੈਂ ਰੱਖਿਆ ਸਟਾਰਟ ਕਰਨਾ ਮੈਂ ਆਪਣੀ ਦੁਕਾਨ ਤੇ ਨਹੀਂ ਜਾਣਾ ਠੀਕ ਏਡਾ ਮਾਂ ਯਾਰ ਮੈਂ ਆਪਣੀ ਦੁਕਾਨ ਤੇ ਨਹੀਂ ਜਾਣਾ ਭਾਈ ਨਾ ਜ਼ਿਆਤੀ ਕੇ ਸਾਹਮਣੇ ਕਰ ਰਹਾ ਮਾਰ ਭਾਈ ਜ਼ਿਆਤੀ ਕਰ ਰਹੇ ਹੋ ਤੁਸੀਂ ਨਹੀਂ ਭਾਜੀ ਉਹ ਮੈਂ ਆਪਣੀ ਦੁਕਾਨ ਦੀ ਸਫਾਈ ਇਦਾਂ ਹੀ ਕਰਦੇ ਆ ਇੱਕ ਮਿੰਟ ਠਹਿਰੋ ਭਾਈ ਮੈਂ ਦਰਵਾਜ਼ਾ ਖੋਲਦਾ ਉਹ ਮੱਠ ਸੇ ਮੱਕ ਅਵੇ ਮੇਰੀ ਗੱਲ ਸੁਣੋ ਮੈਂ ਨਾ ਸਾਰੇ ਸਮੋਸੇ ਛੱਡ ਦਿਆਂਗਾ ਕੋਈ ਨਾ ਨਾ ਰਹਿਣ ਦਿਓ ਰੋਟੀ ਤਵੀ ਦੀ ਮੰਗਾ ਲੈਣਾ ਮੈਨੂੰ ਹਾਂਜੀ ਮੇਰੀ ਗੱਲ ਸੁਣੋ ਮੈਂ ਕੋਈ ਮਠਿਆਈ ਨਹੀਂ ਖਾਵਾਂਗਾ ਤੁਹਾਡੀ ਚਲੋ ਕਿਲੋ ਲੈ ਕੇ ਜਾਵਾਂਗਾ ਬਹੁਤੀ ਨਹੀਂ ਲੈ ਕੇ ਜਾਵਾਂਗਾ